चाह पीन दा बना प्लान ते ग्लास सानू मिले नहीं ते आए पानी दे बोतलां दे असीं ग्लास वड्डे आ। गुड मॉर्निंग सारिआं नूं, की हाल चाल सारा, उम्मीद करदे सी घैंट होवांगे ते घैंट होना भी चाहिए। ते अज आपां आए आ कंस्ट्रक्शन दे काम ते। केड़ा केड़ा एरिया है ये? हैगा बकफास्ट, बकफास्ट हिल एरिया, ईस्ट लंडन ना, ईस्ट लंडन। मैं ते जग्गी ते असीं काम आ ही दोवें ने, साडा काम सी सिर्फ 3 घंटिया का, तो काम ही इन्ना वध गया तो सानू हुण शाम पै जाणी काम करदे नूं। चलो इन्हें ऑर्डर किया समान तो वह कहिंदे घंटे तक आजूगा, तो अभी फिर हुण जब काम भी साडा चलना सी तो फ्री सीगे, भी सोचा चलो नेड़े तेड़े शॉपां देखते हैं खाण पीण दीआं। पर दूर सी इक ही लंबी शॉप, बस आह लेस ते कोक लिया वा, तो हुण जाके चलो रोटियां साडियां आईआं होवे, मैं तोड़ती नहीं तो लिया रोटियां साड़ी आई हैं लेके असी आए सी पराठे। चलो शॉपा तो मिली नहीं हूँ, चलो पराठे जाके खाने हैं तो तू फिर जाके काम दिखावे वीडियो भी किमें काम स्टार्ट करना किमें फिनिश करना। किधर पहली बार आया तेरा तो पता नहीं, शायद तू आया हो इधर आया तो एरिया साउथ वाला वधिया ना, थोड़ा सा ट्रैफिक है नहीं चाके इतिया। लो भी पहला तो सारी छत करनी आ, बोर्ड ला के फिर स्किम करनी आ, आ तो की कल आ करनी आ, तो समान लैन गया वा हमने नाल दे गोरे थले आ उन्होंने साफ किया, तो आ करना इधरों कारपेट लाने, इधर स्किम करनी ना आप उपर भी बोर्ड ला के स्किम करनी है। हम तुम दिखाता भी आह एरिया इदा का, तो जो बन गया फिर प्लस्तर बोर्ड भी आ गए थले गड्डी गड्डी प्लस्तर बोर्ड आनी फिर इतने लाने चल रहा जोर शोर थोड़ा जा कम करने तो बाद KFC आया खाने वास्ते, हम KFC खाने फ्राई रेस्ट मिल जाऊगी ना KFC खाता जाऊगा। देखो तीन मैं रेस्ट मिल गई है नाले की ऐसी बोर्ड लग गया इधर लगने रह गए तीन चार रह गए लगने वाले। टू मच डस्ट भी प्लस्तर बोर्ड लग गए सिर्फ दो रह गए दो, ये बंदा अपनी करा रहा हेल्प बाय रॉक ब्रदर सीलिंग करनी है फिर ਸੀਲਿੰਗ ਦਾ ਪਹਿਲਾਂ ਆਪਾਂ ਲਾ ਦੇ ਆ ਰੈਡੀ ਕਰ ਹੀ ਦਿੱਤੀ ਸੀਲਿੰਗ ਮੈਨੂੰ ਲੱਗਦਾ ਨਹੀਂ ਕਰੋਗੇ ਅੱਜ ਨਹੀਂ ਕਰਤੀ ਆ ਤੇ ਹੁਣ ਆਪਾਂ ਜਦੋਂ ਸਕੈਮ ਹੁਣ ਆ ਵੀ ਕੱਲ ਨੂੰ ਆਪ ਪੋਰਸ਼ਨ ਰੈਡੀ ਕਰਕੇ ਤੇ ਫਿਰ ਉੱਤੇ ਕੱਲ ਨੂੰ ਸ਼ੁਰੂ ਹੋ ਜਾਣੀਆਂ ਨਾ ਹਾਂ ਹਾਂ ਅੱਜ ਕੰਨ ਨਹੀਂ ਕੱਢ ਦੇਣੀਆਂ ਆ ਫਿਰ ਆ ਕੇ ਕੱਲ ਨੂੰ ਕਰ ਦੇਣੀਆਂ ਫਿਰ ਬਾਣੀ ਕਾਲੀ ਕਰਨ ਦੇ ਉਹ ਜਾਓ ਕਰਾਣਾ ਹਾਂ ਠੀਕ ਆ ਲੇਟ ਹੋ ਗਏ ਅੱਜ ਨਾ ਹਾਂ ਕੰਮ ਲੇਟ ਚੱਲਣਾ 12 ਵਜੇ ਚੱਲਣਾ ਚੱਲ ਸਹੀ ਕੋਈ ਗੱਲ ਨਹੀਂ ਓਕੇ ਵੀ ਕਰਤੀ ਸਕੈਮ ਰਾਜਾ ਬੇਟਾ ਗੋਰੀ ਦੇ ਪਾਟਰ ਇੱਕ ਬਣਾ ਦੀ ਸਕੈਮ ਲੈ ਇੱਥੇ ਦੂਰਾ ਗੋਰ ਚਾੜ ਦੀਏ ਇੱਥੇ ਇੱਥੇ ਉਹ ਬਦਲਾ ਚਾੜ ਦਿੰਦੇ ਹਾਂ ਚਲਾ ਰਹਿ ਗਿਆ ਤੇ ਬਾਅਦ ਚ ਕੰਮ ਸਮਾਪਤੀ ਇੱਥੇ ਕੰਮ ਹੀ ਕਰਦਾ ਹਾਂ ਵੀ ਅਬਦੁਲ ਹਮਜਾ ਹਮਜਾ ਹਮਜਾ
ਇਹ ਰੌਕ ਬ੍ਰਦਰ ਹੈ, ਰੌਕ ਦਾ ਭਰਾ ਹੈ। ਕੰਮ ਕਰਨ ਤੋਂ ਬਾਅਦ ਸਾਡਾ ਬ੍ਰੇਕ ਟਾਈਮ, ਰੋਟੀ ਟਾਈਮ। ਸਾਡੇ ਰੋਟਾ ਥੋੜ੍ਹਾ ਕੰਮ ਕੀਤਾ ਅਤੇ ਉਹ ਸਮਾਨ ਮੰਗਾਉਣਾ ਸ਼ੁਰੂ ਕਰਤਾ ਉਹਦੇ ਕੋਲੋਂ, ਅਤੇ ਉਹਨੂੰ ਭੁੱਖ ਲੱਗੀ, ਰੋਟੀ ਖਾ ਲਈਏ ਹੈ ਨਾ ਵੀ। ਲਓ ਵੀ ਬਾਬੇ ਅੱਜ ਆਇਆ ਚਾਚਾ ਉਸਤਾਦ ਨਾਲ ਧਰਮ ਕਰਨ ਦਿਆ ਸਕਿੰਮ, ਬਾਲਸਾ ਲਾ ਰਹੇ ਸੀਗੇ ਸਕਿੰਮ ਕਰਨ ਦਿਆ ਚਾਚਾ। ਚਾਚਾ ਕਿਵੇਂ ਲੱਗਿਆ ਤੈਨੂੰ? ਬਸ ਠੀਕ ਆ, ਵਧੀਆ ਲੱਗਾ। ਠੀਕ ਆ, ਆਪਾਂ ਇੱਦਾਂ ਬਣਾ ਦੇਣੀ ਕੰਧ ਅੱਧੇ ਘੰਟੇ ਘੰਟੇ ਚਾਚਾ ਘੰਟੇ ਕਿਉਂ ਕੰਧ ਉੱਪਰਲੀ ਛੱਤ? ਦੋ ਘੰਟੇ ਛੱਤ 'ਚ ਦੋ ਘੰਟੇ ਲੱਗ ਜਾਣਗੇ, ਦੋ ਘੰਟੇ ਚਾਚਾ ਦਾ ਰੈਡੀ ਕਰ ਦਾਂਗੇ ਛੱਤ। ਅਤੇ ਚਾਹ ਪੀਣ ਦਾ ਹੁਣ ਬਣਾ ਸੀ ਪਲੈਨ, ਅਤੇ ਗਲਾਸ ਸਾਨੂੰ ਮਿਲੇ ਨਹੀਂ, ਅਤੇ ਐਂ ਪਾਣੀ ਵਾਲੇ ਬੋਤਲਾਂ ਦੇ ਅਸੀਂ ਗਲਾਸ ਵੱਢੇ ਆ, ਮੌਕੇ ਦਾ ਜਗਾੜ ਲਾਉਣਾ ਪਿਆ ਸਾਨੂੰ, ਗਲਾਸ ਸਾਡੇ ਕੋਲ ਹੈ ਨਹੀਂ, ਭੁੱਲ ਆਏ ਘਰੇ ਵੀ ਹੈ ਨਹੀਂ ਗਲਾਸ, ਇਸ ਕਰਕੇ ਸਾਨੂੰ ਬੋਤਲਾਂ ਵੱਢੀਆਂ ਅਤੇ ਉਹਦੇ ਸਾਨੂੰ ਗਲਾਸ ਬਣਾਉਣੇ ਪੈ ਗਏ। ਕਿੰਨੀ ਚਾਚਾ? ਪਰ ਮੌਕੇ ਹਥਿਆਰ ਯੂਜ਼ ਕਰਨਾ ਚਾਹੀਦਾ ਆਪਾਂ ਨੂੰ ਕਿ ਨਹੀਂ? ਚੱਲ ਕੋਈ ਨਾ, ਹਮਜ਼ਾ ਰੌਕ ਬ੍ਰਦਰ, ਇਹ ਰੌਕ ਦਾ ਭਰਾ ਛੋਟਾ। ਲਓ ਬਾਬੇ ਟਾਈਮ ਰਾਤ ਦੇ ਵੱਜ ਗਏ 8, ਅਤੇ ਕੰਮ ਕਰਤਾ ਫਿਨਿਸ਼, ਅਤੇ ਚਾਚੇ ਨੇ ਬਹੁਤ ਕੰਮ ਕੀਤਾ, ਚਲੋ ਆਪਾਂ ਤਾਂ ਕੰਮ ਨਾਲ ਕਰਵਾਇਆ, ਹੈਲਪ ਵੀ ਕਰਾਈ ਹੈ, ਚਾਚੇ ਸਾਡੇ ਨੇ ਪੂਰਾ ਕੰਮ ਖਰੀਦਾ ਅੱਜ, ਅਤੇ ਚਾਚੇ ਨੇ ਕਰਤੀ ਸਕਿੰਮ, ਚਾਚਾ ਕਿ ਵਧੀਆ ਕਰਤੀ ਹੈ, ਚਲੋ ਆਪਾਂ ਤਾਂ ਨਵੇਂ ਨਵੇਂ ਕੰਮ 'ਚ ਪਏ ਹਾਂ, ਹਲੇ ਆਪਾਂ ਨੂੰ ਥੋੜ੍ਹਾ ਘੱਟ ਪਤਾ, ਚਾਚਾ ਦਾ ਪੁਰਾਣਾ ਖੁੰਡ ਹੈ ਕਿਹੜਾ ਜੀ। ਚਾਚੀ ਨੇ ਛੱਤਾਂ ਛੁੱਤਾਂ ਕਰਤੀਆਂ ਪ੍ਰੋਪਰ ਹੈ। ਚਾਚਾ ਕਿਵੇਂ ਰਿਹਾ ਫਿਰ ਦਿਨ ਅੱਜ ਤੇਰਾ? ਹਾਸੇ ਫਿੱਟ ਲਾਏ ਪੂਰਾ ਚ? ਮੈਂ ਪੂਰਾ ਸਿਆਲ ਹੋਏ ਸਹੀ ਹੈ ਨਾ, ਅਤੇ ਹੁਣ ਆਪਾਂ ਵਾਪਸੀ ਚੱਲੀਏ, ਟਾਈਮ ਖਾਸਾ ਹੋਇਆ ਨਾ। ਹਾਂ ਟਾਈਮ 9 ਵਜੇ। ਹਾਂ ਵੀ ਤੂੰ ਕੀ ਕਹਿਣਾ ਚਾਹੁੰਦਾ ਚੁਬਰਾ? ਚੱਲ ਕੋਈ ਨਾ, ਅਤੇ ਹੁਣ ਅਸੀਂ ਤਿਆਰੀ ਕਰਾਂ, ਹੁਣ ਪੂਰੇ ਨਹਾ ਧੋ ਕੇ ਰੈਡੀ ਹੋ ਗਏ, ਹੁਣ ਚਾਚਾ ਵੀ ਤਿਆਰ ਆਏ ਹੋਗਾ, ਚਾਚਾ ਜਿਵੇਂ ਬਰਾਤ ਚੱਲਿਆ ਹੁੰਦਾ, ਬਰਾਤ ਵਾਲੀ ਕੋਈ ਵੀ ਨਹੀਂ ਆਉਂਦੀ ਹੈ, ਅਤੇ ਹੁਣ ਚੱਲਦੇ ਹਾਂ ਘਰਾਂ ਨੂੰ, ਅਤੇ ਜਾ ਕੇ ਮਾਰਦੇ ਹਾਂ ਲੇਟੇ, ਖਾ ਕੇ ਰੋਟੀਆਂ, ਅਤੇ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ। ਬਾਏ ਬਾਏ ਜੀ, ਓਕੇ ਬਾਏ। ਅਤੇ ਕੰਮ ਦੱਸੋ ਕਿੱਦਾਂ ਲੱਗਿਆ ਚਾਚੇ ਹੋਣਾ ਦਾ? ਮੇਰਾ ਨਹੀਂ, ਮੈਂ ਤਾਂ ਚਲੋ ਨਾਲ ਕੰਮ ਕਰਵਾਉਣਾ, ਹੈਲਪ ਕਰਵਾਉਣਾ, ਮੇਰੇ ਨਹੀਂ ਬੈਠਣਾ।